ਕਵਿਤਾ ਬਾਰੇ ਮੈਂ ਵੀ ਕਹਿੰਦਾ ਕਿ ਕਵਿਤਾ ਕਵੀ ਦੀ ਕਸ਼ੀਦ ਕੀਤੀ ਹੋਈ ਆਤਮ ਕਥਾ ਵੀ ਹੁੰਦੀ ਹੈ ਕਿ ਇੱਕ ਤਰ੍ਹਾਂ ਕਸ਼ੀਦ ਕੀਤੀ ਇੱਦਾਂ ਕਿ ਉਹ 'ਚ ਸਾਰੀ ਡਿਟੇਲ ਨਹੀਂ ਆਉਂਦੀ, ਉਹ 'ਚ ਵੇਰਵੇ ਨਹੀਂ ਆਉਂਦੇ। ਜਿਵੇਂ ਆਪਾਂ ਕਹਿੰਦੇ ਵੀ ਆਪਾਂ ਕੋਈ ਚੀਜ਼ ਕਸ਼ੀਦ ਕਰ ਰਹੇ ਤਾਂ ਡਰੋਪਸ ਡਿੱਗਦੇ ਆ, ਤੋ ਉਹਦਾ ਜ਼ਰੂਰ ਤਾਲਕ ਤੁਹਾਡੀ, ਜਿਵੇਂ ਪਹਿਲਾਂ ਮੈਂ ਕਿਹਾ ਕਿ ਹਾਂ ਕਿ ਉਹਦੀ ਤੁਹਾਡਾ ਉਹਦੇ 'ਚ ਇੱਕ ਤਰ੍ਹਾਂ ਕਸ਼ੀਦ ਕੀਤੀ ਹੋਈ ਆਤਮ ਕਥਾ ਉਹਨੂੰ ਕਹਿ ਸਕਦੇ ਹਾਂ। ਸੋ ਇਹ ਜਿਹੜੀ ਮੈਂ ਤੁਹਾਨੂੰ ਕਵਿਤਾ ਸੁਣਾਉਣ ਲੱਗਾ ਇਹ ਉਹ ਇੱਦਾਂ ਹੀ ਆ, ਜਿਹੜਾ ਤਾਲਕ ਮੇਰੀ ਜਦੋਂ ਮੈਂ PA ਦੀ ਨੌਕਰੀ ਕਰਦਾ ਸੀ ਉਹਨਾਂ ਦਿਨਾਂ ਨਾਲ ਤਾਲਕ ਹੈ। ਅਤੇ ਇਹਦਾ ਨਾਮ ਹੈਗਾ ਕਿ ਮੈਂ PAU ਲਗਭਗ 32 ਸਾਲ ਪੜ੍ਹਾਇਆ ਔਰ ਮੇਰੇ ਕਈ ਤਰ੍ਹਾਂ ਦੇ 2-3 ਤਰ੍ਹਾਂ ਦੇ VC ਆਏ। ਤੋ ਇਹ ਕਵਿਤਾ ਮੈਂ ਕਹਿੰਦਾ ਕਿ ਇਹਦਾ ਨਾਮ ਬੌਸ ਊੜੇ ਵੱਲ ਘੂਰ ਕੇ ਦੇਖਦਾ ਹੈ। ਬੌਸ ਊੜੇ ਵੱਲ ਘੂਰ ਕੇ ਦੇਖਦਾ ਹੈ ਤਾਂ ਦਰਬਾਰੀਆਂ ਦੀਆਂ ਨਜ਼ਰਾਂ ਵਿੱਚ ਊੜਾ ਊਣਾ ਉੱਜੜਿਆ ਉਖੜਿਆ ਉਦਾਸ ਬਣ ਜਾਂਦਾ। ਬੌਸ ਊੜੇ ਵੱਲ ਘੂਰ ਕੇ ਦੇਖਦਾ ਹੈ ਤਾਂ ਦਰਬਾਰੀਆਂ ਦੀਆਂ ਨਜ਼ਰਾਂ ਵਿੱਚ ਊੜਾ ਊਣਾ ਉੱਜੜਿਆ ਉਖੜਿਆ ਉਦਾਸ ਬਣ ਜਾਂਦਾ ਹੈ। ਬੌਸ ਊੜੇ ਵੱਲ ਪਿਆਰ ਨਾਲ ਮੁਸਕਰਾ ਕੇ ਦੇਖਦਾ ਹੈ ਤਾਂ ਊੜਾ ਉਸਤਾਦ ਊੜਾ ਉਸਰੇਇਆ ਉੱਤਮ ਉਦਾਰ ਬਲਕਿ ਓਮਕਾਰ ਬਣ ਜਾਂਦਾ। ਬੌਸ ਕੱਕੇ ਵੱਲ ਘੁਰ ਕੇ ਦੇਖਦਾ ਹੈ ਤਾਂ ਦਰਬਾਰੀਆਂ ਦੀਆਂ ਨਜ਼ਰਾਂ ਵਿੱਚ ਕੱਕਾ ਕੰਮ ਦਾ ਕੁਫਰ ਕਲੰਕ ਕੁਛ ਨਹੀਂ ਕੱਕਾ ਕੋਝਾ ਬਣ ਜਾਂਦਾ। ਬੌਸ ਕੱਕੇ ਵੱਲ ਪਿਆਰ ਨਾਲ ਦੇਖਦਾ ਹੈ ਤਾਂ ਕੱਕਾ ਦਰਬਾਰੀਆਂ ਦੀਆਂ ਨਜ਼ਰਾਂ ਵਿੱਚ ਕੁਦਰਤ ਕਹਿਕਸ਼ਾਂ ਕਲਾਕਾਰ ਕਮਾਲ ਕਵੀ ਬਣ ਜਾਂਦਾ। ਤਦੀ ਮੈਂ ਕਿਹਾ ਸੀ ਅੱਖਰ ਨਾ ਰਹੋ ਸ਼ਬਦ ਬਣੋ, ਸ਼ਬਦ ਬਣੋਗੇ ਤਾਂ ਪਤਾ ਲੱਗੇਗਾ ਕਿ ਬੌਸ ਕੁਫਰ ਵੱਲ ਦੇਖ ਕੇ ਘੂਰ ਰਿਹਾ ਹੈ ਜਾਂ ਕਿ ਕਹਿਕਸ਼ਾਂ ਵੱਲ ਉਜਾੜ ਵੱਲ ਕਿ ਓਮਕਾਰ ਵੱਲ। ਸ਼ਬਦ ਬਣੇਗਾ ਤਾਂ ਪਤਾ ਲੱਗੇਗਾ ਤੁਸੀਂ ਕੀ ਹੋ, ਜਦੋਂ ਪਤਾ ਲੱਗੇਗਾ ਤੁਸੀਂ ਕੀ ਹੋ ਤਾਂ ਹੋਰ ਸ਼ਬਦ ਤੁਹਾਡੇ ਕੋਲ ਬੈਠਣ ਜਾਂ ਨਾ ਬੈਠਣ ਬਾਰੇ ਸੋਚਣਗੇ, ਕੋਈ ਵਾਕ ਬਣਨ ਦੀ ਸੰਭਾਵਨਾ ਹੋਵੇਗੀ। ਇਹਦੇ ਨਾਲ ਦੀ ਮੇਰੀ ਗੱਲ ਸੀ ਕਿ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ, ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ। ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ, ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ। ਭਟਕਦੇ ਅੱਖਰੋ ਆਵੋ ਕਿ ਮਿਲ ਕੇ ਲਫ਼ਜ਼ ਬਣੋ ਅਤੇ ਲਫ਼ਜ਼ੋ ਵਾਕ ਬਣੋ ਵਾਕ ਬਣ ਗੁਜ਼ਾਰਾ। ਤੋ ਇੱਕ ਦਾ ਸ਼ੇਅਰ ਸੀ ਕਿ ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਹਮੇਸ਼ ਨਾਲ ਨੇ ਮੇਰੇ ਸੁਖਨ ਫਕੀਰਾਂ ਦੇ, ਐ ਸ਼ਾਹੀ ਕਹਿਰ ਮੈਂ ਇਕੱਲਾ ਜਾਂ ਬੇਸਹਾਰਾ ਨੇ। ਕਦਮ ਜ਼ਮੀਨ 'ਤੇ ਇਉਂ ਧਰ ਜਿਵੇਂ ਕਿ ਫੁੱਲ ਧਰੀਏ, ਕਦਮ ਜ਼ਮੀਨ 'ਤੇ ਇਉਂ ਧਰ ਜਿਵੇਂ ਕਿ ਫੁੱਲ ਧਰੀਏ ਕਿ ਇਹਨਾਂ ਰਾਹਾਂ ਤੋਂ ਮੁੜ ਲੰਘਣਾ ਦੁਬਾਰਾ ਨਹੀਂ। ਕਦਮ ਜ਼ਮੀਨ 'ਤੇ ਇਉਂ ਧਰ ਜਿਵੇਂ ਕਿ ਫੁੱਲ ਧਰੀਏ ਕਿ ਇਹਨਾਂ ਰਾਹਾਂ ਤੋਂ ਮੁੜ ਲੰਘਣਾ ਦੁਬਾਰਾ ਨਹੀਂ। ਔਰ ਆਖਰੀ ਸ਼ੇਅਰ ਸੀਗਾ ਕਿ ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ, ਉਹ ਮੇਰੇ ਕੋਲ ਤਾਂ ਆਇਆ ਸੀ ਕਿਧਰੇ ਜਾਣ ਲਈ, ਮੇਰਾ ਵਜੂਦ ਤਾਂ ਕਿਸ਼ਤੀ ਹੀ ਸੀ ਕਿਨਾਰੇ ਦਾ, ਮੇਰਾ ਵਜੂਦ ਤਾਂ ਕਿਸ਼ਤੀ ਕਿਨਾਰੇ। ਇੱਕ ਮੈਂ 2-3 ਸ਼ੇਅਰ ਜਿਹੜੀ ਮੈਂ ਹੁਣ ਅੱਜ ਕੱਲ੍ਹ ਲੇਟੈਸਟ ਗਜ਼ਲ ਲਿਖ ਰਿਹਾ ਸੀਗਾ ਅਤੇ ਉਹਦੇ ਵੀ ਮੈਂ ਤੁਹਾਨੂੰ ਸੁਣਾਵਾਂ। ਤੋ ਉਹ ਸ਼ੇਅਰ 2-3 ਦਿਨ ਇੱਦਾਂ ਸੀਗਾ ਕਿ ਤੂੰ ਵਫਾ ਤੋੜੀ ਨਹੀਂ, ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਦਿਆਂ ਤੈਨੂੰ ਮੈਂ ਜ਼ੰਜੀਰ 'ਚੋਂ। ਤੂੰ ਵਫਾ ਤੋੜੀ ਨਹੀਂ ਪਰ ਤੜਪਿਆ ਤਾਂ ਹੈ ਜ਼ਰੂਰ, ਆ ਰਿਹਾਈ ਦੇ ਦਿਆਂ ਤੈਨੂੰ ਮੈਂ ਜ਼ੰਜੀਰ 'ਚੋਂ। ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ ਹੈ, ਇਹ ਨਹੀਂ ਹੁਣ ਪ੍ਰੇਮ ਐਵੇਂ ਰਿਸ਼ਤਿਆਂ ਦਾ ਫਰੇਮ ਹੈ, ਇੱਕ ਉਡਾਰੀ ਮਾਰ ਤੇ ਨਿਕਲ ਜਾਏ ਇਸ ਤਸਵੀਰ 'ਚੋਂ, ਇੱਕ ਉਡਾਰੀ ਮਾਰ ਤੇ ਨਿਕਲ ਜਾਏ। ਮੈਂ ਆਪਣੇ ਨਾਂ ਬਾਰੇ ਬਹੁਤ ਸ਼ੇਅਰ ਲਿਖੇ ਆ ਤਰ੍ਹਾਂ ਤਰ੍ਹਾਂ ਦੇ। ਸੋ ਇੱਕ ਮੈਂ ਜਦੋਂ
एक रूबरू च मैंने बंदा कहना जी कोई बचपन दिया गल्ला सुनाओ तो मैं उदों शेयर मेरे मन च आया कि क्या बचपन जवानी के कुछ किस्से खोलन दे पात्र होने तू चुप कर कोई सुरजीत नूं बोल तो जैक शेयर सीगा कि चिंता ना कर पात्र हाले नहीं तू मरदा जिंदे ने हाले तेनू सुरजीत कहण वाले कि वो ताड़ियां बड़ियां भैणां जां तुहाडे तों वड्डे लोग तुहानू सुरजीत कहिंदे आ तो वो सुरजीत का मतलब भी जीना जीते रहना भी है पर यह कि वह इस तरह की उहदे विच एक भावना तो जां जदों पद्म श्री का मैं मिलिया अवार्ड तो मैं उदों देखिया कि अंबड़ी मैनू आखन लगी तू धरती का गीत रहेगा पद्म श्री होके भी पात्र तू मेरा सुरजीत है। एक मेरी लगन सी कि है मेरे सीने च कंपन मैं इम्तिहान च हाँ मैं खिचिया तीर हाँ ऐ पर अजे कमान च हाँ। और एक शेर वासी कि छुपा के रखता हाँ तैथों में ताजियां नजमा मता तू जान के रोवे मैं किस जहान च हाँ। और एक के छुपा के रखता हाँ तैथों में ताजियां नजमा मता तू जान के रोवे मैं किस जहान च हाँ। ये लफ्ज मेरे नहीं पर बात मेरा है जब खबरें ये भी नहीं हमें मैं गुमान च हाँ। सो मैनू इदा लगता कि जिहड़ी शायरी का जिस तरह मैं शुरू इदा किया कि मान लो जिदा मेरी एक छोटी जी कविता सी कि माँ का जिते मैं माँ तो मेरी कविता का गल करदा कि तुहाडी पोएट्री नूं कोई किस तरह पढ़ता कि आम तौर पर असी कविता विच दर्द जिवें मम्मट की मैं गल की मम्मट ने कहा कि कविता च दर्द नहीं हुंदा दुख नहीं हुंदा जो दुख हुंदा वह भी एक इस आनंद के रूप से आता कि जो उस आनंद ना आया समझो कि वह सो इसलिए इस तरह इदा कि कवि अपने हर जख्म की मेरा नहीं ख्याल कवि को हर जख्म की व्याख्या इदा करनी चाहिए कि मेरा वो जख्म मेरे में आया वो शायद एक इस गलों ज्यादा होगी कि कविता का जोड़ा एक रोल सगा कि बहुत चीज़ सूँ कविता जो आप ही लिखनिया पे सो मैं इसका जवाब मेरे को यही है कि बहुत कुछ है जिसे बारे में सिर्फ मेरी कविता तो गल करती है मैं नहीं गल कर मेरा एक शेर है कि कुछ लफ्ज लिखदा लुकोण नूं कुछ लफ्ज प्रगट होण नूं यही लफ्ज ने मेरी नगनता यही लफ्ज मेरा लिबास है यही लफ्ज ने मेरी नगनता यही लफ्ज मेरा लिबास ने मेरी प्यास बहुत ही सुशील नहीं ये हुसीन बहुत ही सकील नहीं मेरे गीत गजलां ये मेरियां मेरी प्यास दे ही लिबास ने कि पोएट्री नूं असीं एक इदा इस्तेमाल करते हैं कि वह साडा बहुत बहुत दुख नूं साडे दर्द दे नंगेज नूं भी ढक के रखते हैं। एक जी मैं अपने तौर पर गल शेयर करना चाहना यह है कि गज़ल दे विच मैं शायर का एक शेर दूए शेर में संवाद भी करता कि एक शेर उन्हें कह रहा कि गज़ल की एक विधान है कि तुसीं दो सत्रां च पूरी गल समेटनी है लेकिन हुंदा की है कि मैं एक जगह जिहड़ी मेरी गल सी कि इस तरह है जिस तरह दिन रात विचला फासला मेरिया रीझा मेरी औकात विचला फासला वो च एक शेर है कि हाँ मैं आपे ही कहा सी होण सुचे रखने हाँ मैं आपे ही कहा सी होण सुचे रखने हाए पर इस प्यास से उस बात विचला फासला कि पर इसका अगले शेर से जाकर जवाब आता कि जे बहुत ही प्यास है तो मेट देव उस कहा रिश्तियां ते रिश्तियां दे घात विचला फासला कि एक तरह उस शेर की कंटिन्यूटी ना वो डायलॉग कर रहा लेकिन तीजे शेर से आके डायलॉग और गहरा होंगे मैं कहना कि आखिर की आ जिहड़ा
ਮੇਰੇ ਰੁੱਖਾਂ ਅਤੇ ਤੇਰੀ ਬਰਸਾਤ ਵਿਚਕਾਰ ਫਾਸਲਾ ਬਣ ਗਿਆ ਕਿ ਧਰਮ ਹੈ, ਇਖਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ? ਮੇਰੀਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ, ਕਿ ਇੱਕ ਇਹ ਕਾਇਨਾਤ ਦੇ ਲੈਵਲ ਤੱਕ ਪ੍ਰਸ਼ਨ ਚਲਾ ਜਾਂਦਾ। ਤੋ ਇੱਕ ਮੇਰੀ ਹੋਰ ਗੱਲ, ਜਿਵੇਂ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ। ਮੈਂ ਸੁਣਾਊਂਗਾ, ਪਰ ਮੈਂ ਇੱਕ ਉਸ ਬਾਰੇ ਗੱਲ ਦੱਸਣੀ ਹੈ ਕਿ ਉਹ ਇਹ ਸ਼ੇਅਰ ਕਿਹਾ ਤਾਂ ਮੈਨੂੰ ਲੱਗਾ ਕਿ ਇੱਥੇ ਐਂ ਨਹੀਂ ਗਾ ਕਿ ਬੰਦਾ ਕਹਿੰਦਾ ਕਿ ਮੈਂ ਤੁਰਦਾ ਹਾਂ ਅਤੇ ਰਾਹ, ਪਰ ਪਤਾ ਕਿ ਮੇਰੇ ਕਹਿੰਦੇ ਤੇਰਾ ਰਾਹ ਠੀਕ ਹੈ। ਅਤੇ ਉਹਦਾ ਅਗਲਾ ਸ਼ੇਅਰ ਜਵਾਬ ਆਉਂਦਾ ਕਿ ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ, ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ, ਇਹ ਸੜਦੇ ਪੈਰ ਠੜਦੇ ਦਿਲ ਮੇਰੇ ਸੱਚ ਦੇ ਗਵਾਹ ਹੁੰਦੇ। ਕਿ ਜੇ ਪੈਰ ਕਿਸੇ ਸੜ ਰਹੇ ਹੋਣ ਪਰ ਦਿਲ ਠਰ ਰਿਹਾ ਹੋਵੇ ਕਿ ਮੈਂ ਅੱਛਾ ਕੰਮ ਕਰ ਰਿਹਾ, ਸਮਝ ਲਓ ਕਿ ਰਸਤਾ ਠੀਕ ਹੈ। ਲੇਕਿਨ ਅਗਲੇ ਸ਼ਹਿਰਾਂ 'ਚ ਫਿਰ ਇਹ ਆਉਂਦਾ ਕਿ ਇੱਕ ਇਹਨਾਂ 'ਚ ਇੱਕ ਹਉਮੈ ਆ, ਇੱਕ ਬੜੀ ਈਗੋ ਆ ਕਿ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਪਰ ਇਹ ਅਖੀਰ ਜਾਂਦਿਆਂ ਜਾਂਦਿਆਂ ਇਹ ਗਜ਼ਲ 'ਚ ਇਹਦਾ ਵੀ ਜਵਾਬ ਆ ਕਿ ਅਚਨਚੇਤੀ ਕਿਸੇ ਬਿੰਦੂ 'ਚੋਂ ਚਸ਼ਮਾ ਫੁੱਟ ਪੈਂਦਾ ਹੈ, ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਮ ਖਾ ਬਣਦੇ। ਜੇ ਇਹ ਦਾਅਵੇਦਾਰੀਆਂ ਵੀ ਗਲਤ ਨੇ, ਜਾਂ ਮੈਂ ਕਹਿੰਦਾ ਇਹ ਤੁਰਦਾ ਕੌਣ ਹੈ, ਸੋਚਦਾ ਹੈ, ਪੁੱਛਦਾ ਕੌਣ ਹੈ, ਇਸ ਤਰ੍ਹਾਂ ਸ਼ੇਅਰ ਕਿ ਹਾਂ ਕਿ ਮੈਂ ਕਹਿੰਦਾ ਕਿ ਮੈਂ ਵੀ ਕੀ ਹਾਂ, ਜਿਹੜਾ ਮੈਂ ਕਹਿ ਰਿਹਾ ਕਿ ਮੈਂ ਇੱਦਾਂ ਕੀਤਾ ਜਾਂ ਮੈਂ ਚੁਣਦਾ, ਉਹ 'ਚ ਮੈਂ ਕਹਿੰਦਾ ਕਿ ਮੈਂ ਕੁਛ ਨਾਦਾਂ ਅਤੇ ਬਿੰਦਾਂ ਦਾ ਮਿਲਣ ਬਿੰਦੂ ਹਾਂ, ਮੈਂ ਕੀ ਹਾਂ। ਅਸੀਂ ਬਿੰਦ ਕਹਿੰਦੇ ਕਿ ਜਿਹੜਾ ਬਾਇਓਲੋਜੀਕਲ ਸਾਡੀ ਹੋਂਦ ਬਣੀ ਹੈ, ਕਿ ਅਸੀਂ ਬਿੰਦ ਤੋਂ ਬਣੇ। ਨਾਦ ਅਸੀਂ ਕਹਿੰਦੇ ਕਿ ਅਸੀਂ ਕਲਚਰਲੀ ਸਿੱਖਿਆ, ਸ਼ਬਦ ਸਿੱਖੇ, ਕਿ ਮੈਂ ਕੁਛ ਕਿ ਮੈਂ ਜੋ ਹਾਂ, ਮੈਂ ਕੁਛ ਨਾਦਾਂ ਅਤੇ ਬਿੰਦਾਂ ਦਾ ਮਿਲਣ ਬਿੰਦੂ ਹਾਂ, ਮੈਂ ਕੀ ਹਾਂ। ਜੇ ਮੈਂ ਆਖਾਂ ਕਿ ਮੈਂ ਕੁਛ ਹਾਂ, ਕਥਨ ਮੇਰੇ ਗੁਨਾਹ ਹਨ। ਕਿਉਂ ਆਪਣੇ ਅਖੀਰ ਤੱਕ ਆਉਂਦੀ ਹੁੰਦੀ ਗਜ਼ਲ, ਉਹ ਜਿਹੜੇ ਸਵਾਲ ਪਹਿਲੇ ਸ਼ੇਅਰ 'ਚ ਪੈਦਾ ਹੁੰਦੇ, ਉਹਨਾਂ ਦੇ ਜਵਾਬ ਵੀ ਦੇ ਕੇ ਜਾਂਦੀ ਹੈ ਬਿਨਾਂ ਬਿਨਾਂ ਪੁੱਛੇ। ਬੇਸ਼ੱਕ ਕੋਈ ਸੋਚੀ ਨਾ ਪਈਏ ਤਾਂ ਹਰ ਸ਼ੇਅਰ ਆਪਣੇ ਆਪ 'ਤੇ ਆਜ਼ਾਦ ਹੈ, ਆਪਣੇ ਆਪ 'ਤੇ ਇੰਡੀਪੈਂਡੈਂਟ ਹੈ। ਲੇਕਿਨ ਬਹੁਤ ਸਾਰੀਆਂ ਗਜ਼ਲਾਂ 'ਚ ਇਹ ਕਿਸ ਤਰ੍ਹਾਂ ਦਾ ਰਿਸ਼ਤਾ ਹੁੰਦਾ ਕਿ ਕਵੀ ਆਪਣੇ ਸ਼ੇਅਰ ਨਾਲ ਫਿਰ ਗੱਲਬਾਤ ਕਰਦਾ ਔਰ ਉਸ ਤੋਂ ਉਹਦਾ ਜਵਾਬ ਲੱਭਣ ਦੀ ਔਰ ਜਵਾਬ ਲਿਖਣ ਦੀ ਕੋਸ਼ਿਸ਼। ਇੱਕ ਇਸ ਗੱਲ ਨੇ ਰੋਲ ਬਹੁਤ ਅਦਾ ਕੀਤਾ ਕਿ ਮੈਂ ਆਪਣੇ ਉਹਨੂੰ ਬਹੁਤ ਘੱਟ ਨੰਬਰ ਦਿੰਦਾ, ਕਿ ਜਿੱਦਾਂ ਮੈਂ ਇੱਕ ਗੱਲ ਲਿਖਿਆ ਸੀ ਕਿ ਮੇਰਾ ਕਹਿ ਕਿਸ਼ਾਨ ਦਾ, ਕਈ ਵਾਰ ਤੁਹਾਨੂੰ ਛੋਟੀ ਜਿਹੀ ਗੱਲ ਮੈਂ ਲਿਖਿਆ ਕਿ ਮੇਰਾ ਕਹਿ ਕਿਸ਼ਾਨ ਦਾ ਜੋ ਤਾਜ ਸੀ, ਨਾ ਸੀ ਚੱਖੜਾਂ 'ਚ ਵੀ ਬੋਲ ਲਿਆ, ਅੱਜ ਕੈਸਾ ਹੌਕਾ ਹੈ ਤੂੰ ਲਿਆ, ਮੇਰਾ ਤਾਜ ਮਿੱਟੀ 'ਚ ਰੋਲ ਲਿਆ। ਕਿ ਕਿਸੇ ਤਾਜ ਨੂੰ ਕਈ ਵਾਰ ਚੱਖੜ ਨਹੀਂ ਹਿਲਾ ਸਕਦੇ, ਪਰ ਉਹਨੂੰ ਇੱਕ ਹੌਕਾ ਉਹਨੂੰ ਸੁਣ ਦਿੰਦਾ ਕਿ ਮੇਰਾ ਕਹਿਕਸ਼ਾਂ ਦਾ ਜੋ ਤਾਜ ਸੀ, ਨਾ ਸੀ ਚੱਖੜਾਂ 'ਚ ਵੀ ਡੋਲਿਆ, ਅਜੇ ਕੈਸਾ ਹੌਕਾ ਹੈ ਤੂੰ ਲਿਆ, ਮੇਰਾ ਤਾਜ ਮਿੱਟੀ 'ਚ ਟੁਰ ਗਿਆ। ਤਾਂ ਜਵਾਬ ਹੈ ਕਿ ਇਹ ਹੈ ਇਸ਼ਕ ਦੀ ਦਰਗਾਹ ਮੀਆਂ, ਜੇ ਹੈ ਤਾਜ ਪਿਆਰਾ ਤਾਂ ਜਾ ਮੀਆਂ, ਇਹ ਹੈ ਇਸ਼ਕ ਦੀ ਦਰਗਾਹ ਮੀਆਂ, ਜੇ ਹੈ ਤਾਜ ਪਿਆਰਾ ਤਾਂ ਜਾ ਮੀਆਂ, ਜਿਹਨੂੰ ਸਿਰ ਦੀ ਨਾ ਪਰਵਾਹ ਮੀਆਂ, ਉਹਦਾ ਜਾਂਦਾ ਸਿੱਜਦਾ ਕਬੂਲਿਆ। ਤੋ ਉਹ 'ਚ ਇੱਕ ਸ਼ਾਇਰੀ ਬਾਰੇ ਹੋਰ ਸ਼ੇਅਰ ਆਉਂਦਾ ਕਿ ਮੇਰਾ ਮੁੜ ਸਵੰਬਰ ਜਿੱਤ ਤੂੰ, ਮੇਰੀ ਨਜ਼ਮ ਨੇ ਮੈਨੂੰ ਆਖਿਆ ਕਿ ਤੂੰ ਇੱਕ ਵਾਰੀ ਮੇਰਾ ਸਵੰਬਰ ਜਿੱਤਿਆ ਸੀ, ਮੈਂ ਤੇਰੇ ਗੱਲ 'ਚ ਹਾਰ ਪਾ ਕਰ ਦਿੱਤਾ। ਅਤੇ ਮੈਂ ਕਹਿੰਦਾ ਕਿ ਮੇਰਾ ਮੁੜ ਸਵੰਬਰ ਜਿੱਤ ਤੂੰ, ਮੇਰੀ ਨਜ਼ਮ ਨੇ ਮੈਨੂੰ ਆਖਿਆ, ਕੱਲ੍ਹ ਦਰਦ ਬਿੰਨਿਆ ਉਹ ਆਦਮੀ, ਤੈਨੂੰ ਗਿਜਰੋ ਗਮ 'ਚ ਹਰਾ ਗਿਆ। ਕਿ ਕਈ ਵਾਰੀ ਕਵੀ ਮੁੜ ਆਪਣੇ ਆਪ ਨੂੰ ਫਿਰ ਉਹਨੂੰ ਮੁੱਢੋਂ ਸਿੱਖਣਾ ਪੈਂਦਾ ਅਤੇ ਰੀਡਿਫਾਈਨ ਵੀ ਕਰਨਾ ਪੈਂਦਾ, ਅਤੇ ਉਹ ਉੱਥੋਂ ਕਈ ਵਾਰ ਜ਼ੀਰੋ ਤੋਂ ਹੁਣ ਮੁੜ ਸ਼ੁਰੂ ਕਰਦਾ। ਸੋ ਇੱਕ ਮੈਨੂੰ ਲੱਗਦਾ ਕਿ ਇਹ ਹਰ ਆਰਟਿਸਟ ਵਿੱਚ ਹੀ ਹੁੰਦੀ ਹੈ, ਅੱਜ ਨੂੰ ਆਰਟਿਸਟ ਹੈ ਕਿ ਉਹ ਮੁੜ ਉਹ ਜ਼ੀਰੋ 'ਤੇ ਆ ਕੇ ਫਿਰ ਉੱਥੋਂ ਸ਼ੁਰੂ ਕਰਦਾ, ਅਤੇ ਉਹ ਪਹੁੰਚਣ ਦੀ ਜਾਂ ਫਿਰ ਮੁੜ ਕੇ ਸਵੰਬਰ ਜਿੱਤਣ ਦੀ ਕੋਸ਼ਿਸ਼ ਕਰਦਾ ਕਿ ਮੈਂ ਫਿਰ ਸਵੰਬਰ ਜਿੱਤਾਂ। ਬਾਕੀ ਇਹ ਹੈ ਕਿ ਪੜ੍ਹਾਈ ਦਾ ਮੇਰਾ ਪਹਿਲੋਂ ਤਾਂ ਮੈਂ ਜਿਹੜੇ ਇੱਕ ਵਕਤ 'ਤੇ ਮੈਂ ਬਹੁਤ ਸ਼ਾਇਰੀ ਦਾ ਜਿਵੇਂ ਹਾਬੜਿਆ ਹੋਇਆ ਸੀਗਾ, ਮੈਂ ਜੋ ਕਾਲਜ ਦਾਖਲ ਹੋਇਆ, ਜਿਵੇਂ ਇੰਨੀਆਂ ਕਿਤਾਬਾਂ ਪੜ੍ਹੀਆਂ ਹੋਣੀਆਂ ਰਣਜੀਤ ਕਾਲਜ ਪੁਸਤਕਾਂ ਦੀਆਂ, ਪੋਇਟਰੀ ਦੀਆਂ ਅਤੇ
ਦੈਨ ਸਾਡੇ ਘਰੋਂ ਕਿਤਾਬਾਂ ਮੁੱਕ ਗਈਆਂ, ਪਹਿਲਾਂ ਬਚਪਨ 'ਚ ਥੋੜ੍ਹੀਆਂ ਕਿਤਾਬਾਂ ਸਿੱਖੀਆਂ, ਫਿਰ ਮੈਂ ਆਪਣੀ ਜਿੱਥੇ ਮੇਰੀ ਵੱਡੀ ਸਿਸਟਰ ਵਿਆਹੀ ਹੋਈ ਸੀ ਉੱਥੇ ਕਿਤਾਬਾਂ ਉੱਥੇ ਮੈਂ ਜਾ ਕੇ ਛੁੱਟੀਆਂ 'ਚ ਜਾਣਾ, ਉੱਥੇ ਕਿਤਾਬਾਂ ਪੜ੍ਹਨੀਆਂ, ਉੱਥੋਂ ਵੀ ਮੁੱਕ ਗਈਆਂ। ਫਿਰ ਜਾਣੀ ਫਿਰ ਮੈਂ ਜਦੋਂ ਪਿੰਡ 'ਚ ਮੈਂ ਫਿਰ ਬਾਲ ਸੰਦੇਸ਼ ਪ੍ਰੀਤ ਲੜੀ ਉਹ ਲਵਾਏ, ਪਰ ਕਾਲਜ ਜਦੋਂ ਮੈਂ ਗਿਆ ਤਾਂ ਫਿਰ ਮੈਨੂੰ ਬਾਕੀ ਉੱਥੇ ਮੈਂ ਪੜ੍ਹਿਆ ਕੰਮ ਸਿਰਫ, ਪਰ ਜਦੋਂ ਪਟਿਆਲੇ ਆਏ ਹਾਂ ਪੜ੍ਹਾਈ ਦਾ ਇੱਦਾਂ ਕਿ ਮੈਂ ਸਮਝਦਾ ਕਿ ਜੇ ਮੈਂ ਪਟਿਆਲੇ ਨਾ ਆਉਂਦਾ ਤਾਂ ਮੈਂ ਕਵੀ ਤਾਂ ਹੁੰਦਾ ਹੋਰ ਤਰ੍ਹਾਂ ਦਾ ਕਵੀ ਹੁੰਦਾ, ਜਿਹੜਾ ਤੁਹਾਡਾ ਸਵਾਲ ਬਿਲਕੁਲ ਇਸ ਨੂੰ ਸਹੀ ਹੈ। ਜਦੋਂ ਮੈਂ ਪਟਿਆਲੇ ਆਇਆ ਅਤੇ ਉੱਥੇ ਲੋਕ ਜਿਵੇਂ ਅਸੀਂ ਉੱਥੇ ਕਪੂਰਥਲੇ ਸੀਗੇ ਤਾਂ ਅਸੀਂ ਗੱਲ ਕਰਦੇ ਹੁੰਦੇ ਸੀਗੇ ਡਾਕਟਰ ਭਜਨ ਸਿੰਘ ਮੀਸ਼ਾ, ਸ਼ਿਵ ਕੁਮਾਰ, ਸੁਖਪਾਲ ਸਿੰਘ ਹਰਸਰਤ, ਬਾਬਾ ਬਲਵੰਤ, ਪਰ ਜਦੋਂ ਮੈਂ ਪਟਿਆਲੇ ਗਿਆ ਜਿਹੜਾ ਸਾਨੂੰ ਭੂਤਵਾੜਾ ਮਿਲਿਆ ਅਤੇ ਉਹ ਮਤਲਬ ਪਾਬਲੋ ਨਰੂਦਾ, ਟਾਬੋ ਪਾਜ, ਬ੍ਰੈਕ ਇੱਥੋਂ ਥੱਲੇ ਗੱਲ ਹੀ ਨਹੀਂ ਕਰਦੇ ਸੀ ਕੋਈ, ਤੋ ਮੈਂ ਉੱਥੇ ਜਾ ਕੇ ਚੁੱਪ ਜਿਹਾ ਹੀ ਕਰ ਗਿਆ। ਮੈਂ ਜਾਣੀ ਬਹੁਤ ਸਾਰਾ ਲਿਖਦਾ ਕਰਿਆ ਪਰ ਮੈਂ ਛਪਿਆ ਨਹੀਂ, ਕਿ ਉੱਥੇ ਬਹੁਤ ਪਰਫੈਕਸ਼ਨਿਸ ਲੋਕ ਸੀਗੇ, ਪੂਰਨਤਾਵਾਦੀ ਲੋਕ ਸੀਗੇ, ਇੰਨੇ ਪੂਰਨਤਾਵਾਦੀ ਕਈਆਂ ਨੇ ਲਿਖਿਆ ਨਹੀਂ ਕੁਛ। ਜਿੱਦਾਂ ਲਾਲੀ ਸਾਹਿਬ ਸੀ ਸਾਡੇ, ਲਾਲੀ ਬਾਬਾ ਸੀਗੇ, ਉਹ ਬਹੁਤ ਪੜ੍ਹਦੇ ਸੀ ਔਰ ਉਹ ਕ੍ਰੀਏਟਿਵ ਵੀ ਬਹੁਤ ਸੀਗੇ, ਕਿ ਕ੍ਰੀਏਟਿਵ ਇੰਨੇ ਸੀ ਕਿ ਉਹਨਾਂ ਨੇ ਕਈ ਵਾਰੀ ਅਸੀਂ ਸੌਣ ਲੱਗੇ ਹੋਣਾ ਰਾਤ ਨੂੰ ਅਤੇ ਉਹਨਾਂ ਨੇ ਦਰਵਾਜ਼ਾ ਹੋਸਟਲ ਦਾ ਖਟਕਾ ਦੇਣਾ, ਉਹਨਾਂ ਕਹਿੰਦਾ ਸਾਨੂੰ ਕਹਿਣਾ ਵੀ ਕਬਰਾਂ 'ਚ ਪੈਣ ਲੱਗੇ ਹੋ, ਉੱਠੋ ਕਬਰਾਂ ਤਾਂ ਇੰਨੇ ਬੁਰੇ ਡੂੰਘੀਆਂ, ਔਰ ਸਾਨੂੰ ਜਗਾਉਣਾ ਔਰ ਗੱਲ ਸ਼ੁਰੂ ਹੋਣੀ ਪਾਰਟੀਸ਼ਨ ਤੋਂ, ਲਾਹੌਰ ਤੋਂ, ਲਾਹੌਰ ਦੀ ਫਿਲਮ ਇੰਡਸਟਰੀ ਤੋਂ, ਫਿਰ ਬੰਬਈ ਆ ਜਾਣਾ, ਮੀਨਾ ਕੁਮਾਰੀ 'ਤੇ ਆ ਜਾਣੀ ਗੱਲ, ਫਿਰ ਮੈਂ ਮਨਰੋ 'ਤੇ ਚਲ ਜਾਣੀ, ਮਨਰੋ ਤੋਂ ਫਿਰ ਜਿਹੜਾ ਆਪਣਾ ਚਾਰਲੀ ਚੈਪਲਿਨ 'ਤੇ ਆ ਜਾਣੀ, ਅਤੇ ਉਹ ਗੱਲ ਪਤਾ ਨਹੀਂ ਕਿਤਿਓਂ ਕਿਤੇ 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 ਆਉਣੀ ਅਤੇ ਦਿਨ ਚੜ ਜਾਂਦਾ, ਯਾਨੀ ਅਸੀਂ ਦਿਨ ਚੜਾਇਆ ਹੋਇਆ ਇੱਦਾਂ ਕਿ ਅਸੀਂ ਮੈਂ ਔਰ ਮੋਹਨਜੀਤ ਅਸੀਂ ਸੁਣਨ ਵਾਲੇ ਹਾਂ ਲਾਲੀ ਸਾਹਿਬ ਬੋਲਦੇ ਹਾਂ, ਤੋ ਪਰ ਉਹ ਲਿਖਿਆ ਨਹੀਂ ਕੁਛ, ਅਤੇ ਇੱਕ ਵਾਰੀ ਸੁਣਿਆ ਤੁਸੀਂ ਲਿਖਿਆ ਕਿਉਂ ਨਹੀਂ ਕੁਛ, ਉਹ ਕਹਿੰਦੇ ਵੀ ਲਿਖਾਂ ਕੀ, ਕਹਿੰਦੇ ਮੈਂ 2-17 ਲਿਖਾਂ ਅਤੇ ਇੱਧਰੋਂ ਬੁੱਲੇ ਛੱਕ ਤਾਂ ਦਿਖਾ ਦਾ ਕੀ ਲਿਖਿਆ, ਇੱਧਰੋਂ ਕਹਿੰਦਾ ਬਾਬੇ ਵਾਲੇ ਦੇ ਦਿਖਾ ਦਾ ਕੀ ਲਿਖਿਆ, ਕਿ ਮੇਰੇ ਮਨ 'ਚ ਕਹਿੰਦਾ ਮੇਰੇ ਯਾਨੀ ਉਹਨਾਂ ਦੇ ਜਿਵੇਂ ਅਸੀਂ ਦੇਖਿਆ ਨਾ ਕਿ ਉਹ ਜਦੋਂ ਬੀ ਏ 'ਚ ਪੜ੍ਹਦੇ ਸੀਗੇ ਉਹਦੇ ਮਾਮਾ ਜੀ ਬਹੁਤ ਵੱਡੇ ਇੰਟਲੈਕਚੁਅਲ ਸੀਗੇ, ਬਹੁਤ ਪੜ੍ਹਦੇ ਵੀ ਸੀਗੇ, ਅਤੇ ਲਾਲੀ ਸਾਹਿਬ ਉਹਨਾਂ ਕੋਈ ਕਹਾਣੀ ਕੋਈ ਲਿਖ ਕੇ ਲੈ ਕੇ ਗਏ, ਅਤੇ ਉਹਨਾਂ ਨੇ ਕਹਾਣੀ ਪੜ੍ਹੀ ਅਤੇ ਕਹਿਣ ਲੱਗੇ ਜਿੱਦਣ ਕੋਈ ਨਾ ਦੋਸਤੋ ਵਸਤੀ ਤੋਂ ਗਾਂਹ ਦੀ ਗੱਲ ਕਰੇਗਾ ਉਦਨ ਕਹਾਣੀ ਲੈ, ਯਾਨੀ ਇੱਕ ਪੂਰਨਤਾਵਾਦ ਦਾ ਇੱਕ ਸਮਝ ਲਓ ਕਿ ਉਹਦੇ ਕੁਛ ਨਤੀਜੇ ਇੱਦਾਂ ਦੇ ਵੀ ਹੁੰਦੇ ਹਨ, ਪਰ ਮੈਂ ਮੇਰਾ ਸੀ ਕਿ ਮੈਂ ਉਹ ਸਾਰਾ ਕੁਛ ਸੁਣਿਆ ਸਾਰਾ ਕੁਛ ਪੜ੍ਹਿਆ ਵੀ, ਪਰ ਮੈਂ ਲਿਖਦਾ ਰਿਹਾ। ਮੈਂ ਜਿਹੜੀ ਲਿਖਣ ਦੇ ਦੋ ਕਾਰਨ ਆਪਣੇ ਦੋਸਤ ਨੇ ਦੱਸੇ, ਮੈਂ ਕਿਹਾ ਵੀ ਲੱਖ ਸਫ਼ਾ ਮੈਂ ਫੁੱਲਿਆ ਕਿਤਿਓਂ ਵੀ ਨਾ ਲੱਭਿਆ ਤਾਂ ਹੀ ਲਿਖਣਾ ਪੈ ਗਿਆ ਆਪਣੇ ਜੀਰਾ ਵਾਰ, ਕਿ ਆਪਣੇ ਦਿਲ ਦਾ ਹਾਲ ਨੂੰ ਤਾਂ ਲਿਖਿਆ ਲਿਖਣਾ ਪੈ ਗਿਆ। ਮੈਂ ਬਹੁਤ ਸਮੇਂ ਬੋਲੇ ਮੈਨੂੰ ਆਪਣੇ ਦਿਲ ਦਾ ਹਾਲ ਨਹੀਂ ਕਿਤੋਂ ਮਿਲਿਆ, ਜਾਂ ਮੈਂ ਲਿਖਿਆ ਹੋਇਆ ਕਿ ਗੱਲ ਬਹੁਤ ਕਮਾਲ ਦਾ ਸ਼ਾਇਰ ਸੀ ਫਿਰ ਵੀ ਪਾਤਰ ਨੂੰ ਵੀ ਲਿਖਣਾ ਪਿਆ ਜੋ ਉਸਦੇ ਦਿਲ 'ਚ ਸੀ, ਕਿ ਉਹ ਇਸ ਪੇਜ ਲਿਖਣ ਦੀ ਤੁਹਾਡੀ ਜਿਹੜੀ ਅਰਜ ਹੁੰਦੀ ਨਾ ਉਹ ਅਸਲ 'ਚ ਹੈ ਕਿ ਉਦੋਂ ਸ਼ਾਇਦ ਉਹ ਕਈ ਵਾਰੀ ਤੁਹਾਡੀ ਉਸ ਕੜ ਨੂੰ ਤੋੜ ਕੇ, ਜਿਵੇਂ ਅਸੀਂ ਗਜ਼ਲਾਂ ਦੇ ਕਦੇ ਬਹੁਤ ਖਿਲਾਫ਼ ਸੀਗੇ, ਗਜ਼ਲਾਂ ਅਸੀਂ ਜਦੋਂ ਕਪੂਰਥਲੇ 'ਚ ਅਸੀਂ ਕਹਿੰਦਾ ਗਜ਼ਲ ਤਾਂ ਬਹੁਤ, ਕਿਉਂਕਿ ਸਾਨੂੰ ਸੁਣਾਉਣ ਵਾਲੇ ਉਹ ਸੀਗੇ ਸੁਰਜੀਤ, ਹਾਂ ਮੀਸ਼ਾ ਦੇ ਖਿਲਾਫ਼ ਸੀਗੇ ਬਹੁਤ, ਸਾਰੇ ਮਾਡਰਨ ਜਿਹੜੇ ਮਾਡਰਨਿਸ ਸੀਗੇ ਉਹ ਸੀਗੇ ਕਿ ਗਜ਼ਲ ਜਿਹੜੀ ਹੈ ਇਹਦਾ ਇੱਕ ਸ਼ੇਰ ਇੱਧਰੋਂ ਜਾ ਰਿਹਾ, ਦੂਜਾ ਸ਼ੇਰ ਇੱਧਰ, ਤੀਜਾ ਸ਼ੇਰ ਆ ਰਿਹਾ, ਅਤੇ ਅਸੀਂ ਪਰ ਗਜ਼ਲਾਂ ਅਸੀਂ ਪੜ੍ਹਦੇ ਸੁਣਦੇ ਬਹੁਤ ਸੀ। ਇੱਕ ਸੰਗੀਤ ਲਹਿਰੀ ਰੇਡੀਓ ਤੋਂ ਅਸੀਂ 3-4 ਗਜ਼ਲਾਂ ਉਹ ਜ਼ਰੂਰ ਸੁਣਨੀਆਂ, ਔਰ ਕੋਈ ਕਹਿਦੇ ਗੁਲਸ਼ਨ ਗੁਲਸ਼ਨ ਲਾਸ਼ ਬਲਾਏ, ਤੋ ਅਸੀਂ ਪਰ ਗਜ਼ਲ ਦੇਖੀ ਨਹੀਂ। ਪਰ ਅਚਾਨਕ ਇੱਕ ਦਿਨ ਮੈਂ ਸਮਝਿਆ ਕਿ ਮੈਂ ਜੋ ਪਟਿਆਲੇ ਪੜ੍ਹਦਾ ਸੀਗਾ ਅਤੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਦੋਂ ਗਜ਼ਲ ਕੋਈ ਡਾਲੀਆਂ ਜੋ ਉਹ ਇੱਕ ਤਰ੍ਹਾਂ ਮੇਰੀ ਪਹਿਲੀ ਸੀ ਜਿਹੜੀ ਇੱਦਾਂ ਮਤਲਬ ਇੱਕ ਚੀਜ਼ ਕੋਈ ਇਰੈਕਟ ਹੋ ਕੇ ਫੁੱਟਦੀ ਹੈ ਨਾ, ਕਿ ਉਹ ਮੈਂ ਉਹਨੂੰ ਮੈਂ ਗੀਤ ਕਹਿ ਕੇ ਗੀਤ ਹੈ ਉਹ, ਕਿ ਗਜ਼ਲ ਮੈਂ ਉਹਨੂੰ ਵੀ ਨਹੀਂ ਉਦੋਂ ਕਿਹਾ ਕਿ ਉਹ ਬਾਅਦ 'ਚ ਉਹਨੂੰ ਗਜ਼ਲ ਦਾ ਦਰਜਾ ਮਿਲ ਗਿਆ ਜਾਂ ਇਹਦੇ ਮੇਰਾ ਸੂਰਜ ਡੁੱਬਿਆ ਹੈ, ਅਤੇ ਸੋ ਚੀਜ਼ਾਂ ਇੱਦਾਂ ਫੁੱਟੀਆਂ ਸੀ ਕਿ ਆਪਣੇ ਆਪਣੇ ਜ਼ੋਰ ਨਾਲ। ਸੋ ਇਹਦੀ ਇਸ ਗੱਲ ਦਾ ਬਹੁਤ, ਫਿਰ ਮੈਂ ਗਰੀਬ ਜਿਹੜਾ ਯੂਨਾਨੀ ਤੂਫਾਨ ਸੀ ਉਸ ਪੜ੍ਹਾਈ ਦਾ ਬਹੁਤ ਅਸਰ ਹੈ, ਕਿ ਬਹੁਤ ਚੀਜ਼ਾਂ ਜਿਹੜੀਆਂ ਉਹ
ਸਮਝ ਉੱਥੇ ਆ ਕੇ ਪਈਆਂ, ਇੱਕ ਲਿਟਰੇਚਰ ਦਾ ਮਿਆਰ ਦਾ ਦਿਲ 'ਚ ਬੈਠ ਕੇ, ਜਿਹਦੇ ਕਰਕੇ ਮੈਂ ਕਹਿੰਦਾ ਕਿ ਮੁੜ ਮੁੜ ਕੇ ਅਸੀਂ ਸਿਫਰ ਤੋਂ ਸ਼ੁਰੂ ਕਰਦੇ ਹਾਂ ਕਿ ਉਹ ਪੜ੍ਹਾਈ ਦਾ ਹੀ ਅਸਰ ਹੈ ਕਿ ਉਹਨਾਂ ਲੋਕਾਂ ਨੂੰ ਪੜ੍ਹਨ ਦਾ ਕਿ ਜਿਹੜੇ ਏਡੇ ਵੱਡੇ ਸ਼ਾਇਰ ਏਡੀਆਂ ਵੱਡੀਆਂ ਸ਼ਖਸੀਅਤਾਂ ਸੀ, ਤੋ ਉਹਨਾਂ ਨੂੰ ਉਸ ਪੜ੍ਹਾਈ ਦਾ ਇਹ ਅਸਰ ਹੈ ਕਿ ਕਿਤੇ ਨਾ ਕਿਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ। ਭਾਸ਼ਾ ਬਾਰੇ ਇੱਕ ਜਿਹੜਾ ਮੈਨੂੰ ਸਵਾਲ ਜਿਹੜਾ ਹੈਗਾ ਕਿ ਤੁਹਾਡੀ ਜਿਹੜੀ ਕਵਿਤਾ ਕਿ ਮਰ ਰਹੀ ਹੈ ਮੇਰੀ ਭਾਸ਼ਾ, ਮੈਨੂੰ ਕਿਤੇ ਨਾ ਕਿਤੇ ਉਸ ਨਾਲ ਕਿਤੇ ਮੈਨੂੰ ਕੁਛ ਤਕਲੀਫ ਹੈਗੀ ਆ ਉਸ ਕਵਿਤਾ ਨਾਲ, ਕਿ ਅੱਜ ਆਪਣੀ ਬੋਲਦੇ ਬੋਲਦੇ ਤੁਸੀਂ ਲੇਟੈਸਟ ਦੇ ਫਰੇਮ ਵਰਗੇ ਸ਼ਬਦ ਵੀ ਵਰਤੇ ਨੇ ਅਤੇ ਮੇਰੇ ਹਿਸਾਬ ਨਾਲ ਨਹੀਂ ਮਰ ਰਹੀ ਪੰਜਾਬੀ ਭਾਸ਼ਾ, ਤੁਸੀਂ ਇਸ ਬਾਰੇ ਕੀ ਕਹੋਗੇ? ਜਿਹੜੀ ਵੈਸੇ ਤਾਂ ਮੈਂ ਉੱਥੇ ਇਹ ਵੀ ਕਿਹਾ ਕਿ ਵੀ ਮੈਂ ਉਸੇ ਕਵਿਤਾ 'ਚ ਕਿਹਾ ਕਿ ਸਾਡੇ ਮਰਨ ਤੋਂ ਬਾਅਦ ਜਿਹੜੇ ਸਾਡੇ ਸਭਨਾ ਦੇ ਮਰਨ ਤੋਂ ਬਾਅਦ ਹੀ ਮਰੇਗੀ ਸਾਡੀ ਭਾਸ਼ਾ, ਮੈਂ ਉਸ ਕਵਿਤਾ ਨੂੰ ਸ਼ੁਰੂ ਉੱਥੇ ਕੀਤਾ ਕਿ ਮਰ ਰਹੀ ਹੈ ਮੇਰੀ ਭਾਸ਼ਾ। ਲੇਕਿਨ ਬਾਅਦ 'ਚ ਮੈਂ ਇਹ ਵੀ ਕਿਹਾ ਕਿ ਸ਼ਬਦ ਕਦੀ ਮਰਦੇ ਨੇ, ਕਿ ਸ਼ਬਦ ਸ਼ਬਦਾਂ ਤੋਂ ਸਾਡੇ ਲੋਕ ਪ੍ਰਲੋਕ ਤੋਂ ਵੱਖਰਾ ਹੁੰਦਾ ਹੈ ਸ਼ਬਦਾਂ ਦਾ ਲੋਕ ਪ੍ਰਲੋਕ, ਕਿ ਮੋਏ ਲੇਖਕਾਂ ਦੀਆਂ ਜਿਉਂਦੀਆਂ ਕਿਤਾਬਾਂ ਵਿੱਚ ਸ਼ਬਦਾਂ ਦੇ ਮੇਲੇ ਲੱਗੇ ਹੋਏ ਨੇ, ਜਿਹੜੇ ਸ਼ਬਦ ਕਹਿੰਦੇ ਮਰ ਗਏ ਨੇ ਉਹ ਸ਼ਬਦ ਜਿਉਂਦੇ ਨੇ ਇੱਕ ਲੈਵਲ 'ਤੇ, ਆਪਣੀਆਂ ਕਿਤਾਬਾਂ ਉਹ ਪੁਸਤਕਾਂ 'ਚ ਜਿਉਣ। ਤੋ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਡੀ ਗੱਲ ਆ ਉਹਦਾ ਮੈਂ ਇੱਕ ਥਾਂ ਮੈਂ ਛੋਟੀ ਜਿਹੀ ਕਵਿਤਾ ਬਾਰੇ ਗੱਲ ਲਿਖੀ ਸੀ, ਮੈਂ ਕਿਹਾ ਕਿ ਮੈਂ ਕਿਤਾਬ ਲਿਖਣੀ ਆ ਗਜ਼ਲ ਬਾਰੇ, ਉਹਦਾ ਮੈਂ ਨਾਂ ਕਿਹਾ ਗਜ਼ਲ ਦੀ ਗ੍ਰਾਮਰ। ਉਹ ਕਹਿੰਦੀ ਕਿ ਗ੍ਰਾਮਰ ਕਿਉਂ, ਵੀ ਵਿਆਕਰਨ ਲਿਖੋ? ਮੈਂ ਕਿਹਾ ਦੇਖੋ ਇਹ ਹੈ ਕਿ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀ ਅੰਗਰੇਜ਼ੀ ਆ, ਕਿ ਮੈਂ ਗ੍ਰਾਮਰ ਤਾਂ ਲਿਆ ਰਿਹਾ ਸੀ ਕਿ ਮੈਨੂੰ ਲੱਗਦਾ ਸੀ ਕਿ ਗਜ਼ਲ ਔਰ ਗ੍ਰਾਮਰ 'ਚ ਇੱਕ ਨਾ ਉਹ ਗੱਗਿਆਂ ਦੀ ਸਾਂਝ ਹੈ, ਕਿ ਉਹ 'ਚ ਇੱਕ ਮਿਊਜ਼ਿਕ ਹੈ। ਸੋ ਜਿੱਦਾਂ ਹੁਣ ਪਰਸ਼ੀਅਨ ਸਾਡੇ ਕੀ ਹੋਇਆ ਕਿ ਸਾਡੇ ਕੋਲ ਪੱਗ ਤਾਂ ਸੀਗੀ, ਪੱਗ ਦੇ ਹੁੰਦਿਆਂ ਸੁਣਦਿਆਂ ਦਸਤਾਰ ਆ ਗਈ, ਅਤੇ ਦਸਤਾਰ ਆ ਕੇ ਪੱਗ ਨਾਲੋਂ ਵੀ ਜ਼ਿਆਦਾ ਸਤਿਕਾਰਤ ਹੋ ਗਈ, ਔਰ ਈਸ਼ਵਰ ਦੇ ਹੁੰਦਿਆਂ ਪਰਮਾਤਮਾ ਦੇ ਹੁੰਦਿਆਂ ਰੱਬ ਆ ਗਿਆ, ਅਤੇ ਰੱਬ ਪਰਮਾਤਮਾ ਨੂੰ ਵੀ ਜ਼ਿਆਦਾ ਸਾਡੇ ਨੇੜੇ ਆ ਗਏ। ਅਸੀਂ ਕਹਿੰਦੇ ਕਿ ਰੱਬਾ ਰੱਬਾ ਮੀਮ ਸਾਹਿਬ ਜਾਂ ਹਾਏ ਰੱਬਾ, ਨਹੀਂ ਲੱਗਦਾ ਕਿ ਰੱਬ ਇੰਨਾ ਸਾਡੇ ਨੇੜੇ ਆ ਗਿਆ ਕਿ ਉਹ ਲਫ਼ਜ਼ ਜਿਹੜੇ ਬਿਲਕੁਲ ਇੱਥੇ ਸੀ ਉਹ, ਜਾਂ ਪ੍ਰੇਮ ਦੀ ਜਗ੍ਹਾ ਇਸ਼ਕ ਜਿਹੜਾ ਸੀ, ਇਸ਼ਕ ਨੇ ਬਹੁਤ ਜਗ੍ਹਾ ਲੈ ਲਈ ਕਿ ਸੋ ਉਹ ਹੁੰਦਾ ਕਿ ਇੱਕ ਸਾਡੀ ਭਾਸ਼ਾ ਦੇ ਜਦੋਂ ਕੋਈ ਨਵੀਂ ਭਾਸ਼ਾ ਸਾਡਾ ਵਾਹ ਪੈਂਦਾ ਉਹਦੇ ਸਾਡੀ ਭਾਸ਼ਾ ਦਾ ਕਈ ਵਾਰੀ ਇੱਕ ਹੋਰ ਲੈਵਲ ਬਣ ਜਾਂਦਾ, ਕਿ ਜਿਵੇਂ ਆਪਾਂ ਸਮਝ ਲਓ ਕਿ ਤਿੰਨ ਲੈਵਲ ਬਹੁਤ ਸਾਰੀਆਂ ਭਾਸ਼ਾਵਾਂ ਦੀ ਹੁੰਦੀ, ਕਿ ਇੱਕ ਆਪਾਂ ਜਿਵੇਂ ਆਮ ਕਹਿੰਦੇ ਕਿ ਖਾਣਾ, ਇੱਕ ਛਕਣਾ, ਇੱਕ ਨਿਕਲਣਾ, ਹੈ ਨਾ, ਵੀ ਉਹ ਇੱਕ ਸਤਿਕਾਰ ਵਾਲਾ ਸ਼ਬਦ ਹੈ, ਇੱਕ ਦੁਰਕਾਰ ਵਾਲਾ ਸ਼ਬਦ ਹੈ, ਇੱਕ ਨਿਊਟਰਲ ਸ਼ਬਦ ਹੈ। ਸੋ ਇੱਦਾਂ ਹੀ ਤਾਂ ਹੁਣ ਜਿਹੜੀ ਕਈ ਵਾਰੀ ਜਿਹੜੀ ਭਾਸ਼ਾ ਸਾਡੇ ਤੋਂ, ਉਹ ਮੈਂ ਮੇਰੀ ਹੋਰ ਕਵਿਤਾ ਇੱਦਾਂ ਹੈ ਕਿ ਭਾਸ਼ਾ, ਉਹਦਾ ਨਾਮ ਰੱਖਿਆ ਭਾਸ਼ਾ ਬਹਿਤਾ ਨੀਰ, ਕਿ ਮੈਨੂੰ ਹੁਣ ਜਿਹੜਾ ਕੁਝ ਮੈਂ ਤੁਹਾਨੂੰ ਬਾਅਦ 'ਚ ਸੁਣਾ ਦੂੰਗਾ ਉੱਥੇ, ਤੁਸੀਂ ਮੈਂ ਇੱਦਾਂ ਕਿਹਾ ਮੈਂ ਕਿਹਾ ਜਿਹੜੀ ਭਾਸ਼ਾ ਦੋ ਭਾਸ਼ਾ ਦਾ ਵਾਹ ਪੈਂਦਾ ਅਤੇ ਆਉਂਦੇ ਲਫ਼ਜ਼ ਆਉਂਦੇ ਹੀ ਆ, ਕਿ ਜਿਵੇਂ ਮੈਂ ਕਿਹਾ ਕਿ ਪੀਲਾ ਦਰਦ ਕਾਲਾ ਸ਼ਾਹ ਇੱਦਾਂ ਇੱਦਾਂ, ਹੈ ਨਾ, ਅਤੇ ਮੈਂ ਕਿਹਾ ਜਦੋਂ ਇਹ ਆਏ ਸਾਡੇ ਰੰਗ ਹੋਰ ਗੂੜੇ ਹੋ ਗਏ, ਕਿ ਪੀਲਾ ਦਰਦ ਕਹਿਣ ਨਾਲ ਪੀਲਾ ਹੋਰ ਗੂੜਾ ਹੋ ਗਿਆ, ਪਰ ਮੈਂ ਕਿਹਾ ਕਿ ਮੇਰਾ ਰੰਗ ਕੁਛ ਫਿੱਕਾ ਪੈ ਗਿਆ, ਇਹ ਸੋਚ ਕੇ ਕਿ ਮੇਰਾ ਲਫ਼ਜ਼ ਦਾ ਕਿਤੇ ਗਿਆ ਨਹੀਂ, ਅਤੇ ਸਾਰੇ ਲਫ਼ਜ਼ ਇੱਦਾਂ ਹੀ ਆਏ ਕਿ ਸਾਡੇ ਜਿਹੜੇ ਸਾਡੇ ਹਾਕਮ ਸੀਗੇ ਉਹਨਾਂ ਭਾਸ਼ਾਵਾਂ ਦੇ ਲਫ਼ਜ਼ ਸਾਡੇ ਕੋਲ ਆਏ, ਆਪਾਂ ਕਹਿੰਦੇ ਕਿ ਜਿਹੜੀਆਂ ਭਾਸ਼ਾਵਾਂ ਲਫ਼ਜ਼ ਜਾਂਦੇ ਆ, ਅਤੇ ਫਿਰ ਮੈਂ ਸਵਾਲ ਕਰਦਾ ਕਿ ਕੀ ਉੱਚੀਆਂ ਭਾਸ਼ਾਵਾਂ ਦੇ ਲਫ਼ਜ਼ ਆਉਂਦੇ ਨੇ ਨੀਵੀਆਂ ਭਾਸ਼ਾਵਾਂ ਵੱਲ, ਵੇਖ ਰਿਹਾ ਵੀ ਤੁਸੀਂ ਗੁੱਸਾ ਕਰਕੇ ਕਿ ਮੈਂ ਤੁਹਾਡੀ ਭਾਸ਼ਾ ਨੂੰ ਨੀਵੀਂ ਕਿਹਾ, ਗੁੱਸਾ ਨਾ ਕਰੋ, ਵਿਚਾਰ ਕਰੋ। ਅਤੇ ਫਿਰ ਲੱਗਦਾ ਕਿ ਮੈਂ ਤੁਹਾਨੂੰ ਦੱਸ ਤੱਕ ਇੱਕ ਹੋਰ ਗੱਲ ਸੁਣਾਉਣਾ, ਉਹ ਗੱਲ ਇਹ ਸੀ ਕਿ ਸਾਡੇ ਇੱਕ ਬਿਹਾਰੀ ਮਜ਼ਦੂਰ ਕੰਮ ਕਰਦਾ ਰਾਮ ਲਖਨ, ਅਤੇ ਉਹ ਕੁਛ ਹੋਏ ਪੰਜਾਬ ਵਾਲੇ ਨੂੰ ਤਾਂ ਕਹਿੰਦਾ ਕਿ ਸਰਦਾਰ ਜੀ ਇੱਕ ਬਾਤ ਮੁਝੇ ਜਹਾਂ ਆ ਕਰ ਪਤਾ ਚਲੇ ਲਗੇ ਕਿਆ, ਕਹਿੰਦਾ ਕਿ ਅਸਲੀ ਭਾਸ਼ਾ ਤੋਂ ਪੰਜਾਬੀ ਹੈ, ਬਾਕੀ ਸਭ ਇਸੇ ਵਿਗੜ ਕਰ ਬਣੇ, ਮਤਲਬ ਕਿਉਂਕਿ ਮੈਂ ਉਹਦਾ ਇੱਕ ਤਰ੍ਹਾਂ ਰੂਲਰ ਹੀ ਸੀਗਾ,
ਕਿ ਉਹ ਰੁਜ਼ਗਾਰ ਨਹੀਂ ਉੱਥੇ ਆਇਆ ਸੀ ਲੱਗਦਾ ਵੀ ਜਿੱਥੋਂ ਮੈਨੂੰ ਇੰਨਾ ਰੁਜ਼ਗਾਰ ਮਿਲ ਰਿਹਾ ਉਹਨੇ ਬੰਦੇ ਦੇਖੇ ਬੋਲਣ ਵਾਲੇ ਬੰਦੇ ਵੀ ਖੁਸ਼ਹਾਲ ਕਾਰਾਂ ਦੇ ਚਿਹਰੇ ਫੜਦੇ ਉਹਨੂੰ ਲੱਗਿਆ ਵੀ ਅਸਲੀ ਭਾਸ਼ਾ ਹੁਣ ਸੀ ਇਹ ਇੱਕ ਰਿਸ਼ਤਾ ਸੀ ਕਿ ਉਹਦੇ ਫਿਰ ਮੈਂ ਇਹ ਕਹਿੰਦਾ ਕਿ ਅਸਲ ਵਿੱਚ ਭਾਸ਼ਾਵਾਂ ਉੱਚੀਆਂ ਨੀਵੀਆਂ ਨਹੀਂ ਹੁੰਦੀਆਂ ਥਾਵਾਂ ਉੱਚੀਆਂ ਨੀਵੀਆਂ ਹੁੰਦੀਆਂ ਕਿ ਉੱਚੇ ਥਾਂ 'ਤੇ ਬੈਠੀ ਭਾਸ਼ਾ ਉੱਚੀ ਹੋ ਜਾਂਦੀ ਹੈ ਨੀਵੇਂ ਥਾਂ 'ਤੇ ਬੈਠੀ ਭਾਸ਼ਾ ਨੀਵੀਂ ਹੋ ਜਾਂਦੀ ਤੋ ਜਿੱਦਾਂ ਅੰਗਰੇਜ਼ੀ ਜਦੋਂ ਸ਼ੇਕਸਪੀਅਰ ਨੇ ਲਿਖੀ ਤਾਂ ਉਹਨੂੰ ਕਿਹਾ ਤੂੰ ਇਹ ਕੀ ਲਿਖਣ ਲੱਗਾ ਅੰਗਰੇਜ਼ੀ ਵਿੱਚ ਤੂੰ ਕੋਈ ਲੇਟਿਨ 'ਚ ਲਿਖ ਤੂੰ ਇਹ 'ਚ ਲਿਖ ਉਦੋਂ ਤੱਕ ਜੇ ਅੰਗਰੇਜ਼ਾਂ ਦੀ ਚੜ੍ਹ ਨਹੀਂ ਸੀ ਮਚੀ ਉਸ ਲੈਵਲ 'ਤੇ ਸੋ ਇਹ ਇੱਕ ਭਾਸ਼ਾ ਦਾ ਜਿਹੜਾ ਇਹੋ ਇਹ ਰਿਸ਼ਤਾ ਵੀ ਆ ਪਰ ਇਹ ਸਾਰੇ ਕੁਛ ਨੂੰ ਵੀ ਉਲੰਘ ਕੇ ਮੈਂ ਜਿਹੜੀ ਇਸ ਥਾਂ 'ਤੇ ਆਇਆ ਕਿ ਜ਼ਰੂਰੀ ਨਹੀਂ ਕਿ ਅਸੀਂ ਅੰਗਰੇਜ਼ੀ ਨੂੰ ਇੱਦਾਂ ਅਛੂਤ ਵਾਂਗ ਲਈਏ ਕਿ ਅੰਗਰੇਜ਼ੀ ਲਫ਼ਜ਼ ਅਸੀਂ ਨਹੀਂ ਆਉਣ ਦੇਣਾ ਲਫ਼ਜ਼ ਮੈਂ ਉਸ ਜਿਹੜੀ ਉਸ ਕਵਿਤਾ ਜਿਵੇਂ ਗਜ਼ਲ ਦੀ ਗ੍ਰਾਮਰ ਵਾਲੀ ਕਵਿਤਾ 'ਚ ਮੈਂ ਇਸ ਗੱਲ ਨੂੰ ਕਿਤੇ 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 ਉਹ ਸ਼ਬਦ ਨੂੰ ਬਹੁਤ ਅੱਛਾ ਲੱਗਦਾ ਅਤੇ ਸਾਡੀ ਭਾਸ਼ਾ ਦੇ ਇੱਕ ਹੋਰ ਸੰਗੀਤ ਦਾ ਹੁੰਦਾ ਅਤੇ ਉਹ ਉਹ ਵੀ ਜਾਣੀ ਫਿਰ ਮੈਂ ਚਲੋ ਮੈਂ ਅਸਲ 'ਚ ਮੇਰੀ ਭਾ ਉਹ ਇੱਕ ਕੰਟੀਨਿਊਟੀ ਆ ਕਵਿਤਾਵਾਂ ਦੀ ਅਤੇ ਕੋਈ ਕਵਿਤਾ ਕੁਛ ਪ੍ਰਸ਼ਨ ਛੱਡ ਜਾਂਦੀ ਹੈ ਫਿਰ ਉਹ ਅਗਲੀ ਕਵਿਤਾ 'ਚ ਮੈਨੂੰ ਤੰਗ ਕਰਨ ਲੱਗ ਪੈਂਦੀ ਫਿਰ ਮੈਂ ਅਗਲੀ ਕਵਿਤਾ ਵੱਲ ਤੁਰਦਾ ਜਿਵੇਂ ਉੱਥੇ ਸੀ ਕਿ ਸ਼ਬਦ ਕੋਸ਼ ਦੇ ਬੂਹੇ 'ਤੇ ਮੈਂ ਕਹਿੰਦਾ ਕਿ ਛੜਿਆਂ ਵਾਸਤੇ ਲੈ ਆਓ ਮੇਮਾ ਭਾਵੇਂ ਕੁਦੇਸਰਾਂ ਪਰ ਵਿਆਹ ਵਰਿਆਂ ਦੇ ਘੜੀ ਸੌਂਕਣਾ ਕਿਉਂ ਵਾੜਦੇ ਹੋ ਉਹ ਸੀ ਕਿ ਜੇ ਸਾਡੇ ਕੋਲ ਲਫ਼ਜ਼ ਹੈਗੇ ਨੇ ਜਿਵੇਂ ਸਾਡੇ ਕੋਲ ਸ਼ਬਦ ਹੈਗਾ ਕਿ ਸਤਹ ਹੈ ਨਾ ਜਾਂ ਤਲ ਅਸੀਂ ਕਹਿੰਦੇ ਸਰਫਿਸ ਫਿਰ ਵੀ ਸਰਫਿਸ ਕਹਿੰਦੇ ਹਾਂ ਤਾਂ ਉੱਥੇ ਮੈਂ ਕਹਿੰਦਾ ਕਿ ਮੈਨੂੰ ਇਹ ਨਹੀਂ ਗੱਲ ਚੰਗੀ ਲੱਗਦੀ ਕਿ ਜੇ ਸਾਡੇ ਲਫ਼ਜ਼ ਹੈਗੇ ਆ ਤਾਂ ਉਹਨਾਂ ਥਾਂ ਅਸੀਂ ਅੰਗਰੇਜ਼ੀ ਲੈ ਕੇ ਆਈਏ ਤਾਂ ਸਰ ਉੱਥੇ ਥੋੜ੍ਹੀ ਜਿਹੀ ਆਪਾਂ ਨੂੰ ਸਾਡੀ ਆਦਤਾਂ ਨੂੰ ਠੀਕ ਕਰਨਾ ਪਊਗਾ ਤੋ ਬਹੁਤ ਗੱਲਾਂ ਨੇ ਭਾਸ਼ਾ ਬਾਰੇ ਤਾਂ ਮੈਂ ਜਾਣੀ ਇੱਦਾਂ ਵੀ ਦੇਖਿਆ ਮੈਂ ਕਿਹਾ ਵੀ ਇੱਕ ਯੁੱਗ ਸੀਗਾ ਤਾਪ ਦਾ ਯੁੱਗ ਸੀਗਾ ਫਿਰ ਬੁਖਾਰ ਦਾ ਯੁੱਗ ਹੈ ਫਿਰ ਟੈਂਪਰੇਚਰ ਦਾ ਯੁੱਗ ਹੈ ਕਿ ਮੈਂ ਜਾਣੀ ਅਸੀਂ ਆਪਣੀ ਉਮਰ 'ਚ ਤਿੰਨ ਯੁੱਗ ਦੇਖਿਆ ਉਹਦੇ ਕਾਕੇ ਨੂੰ ਤਾਪ ਖਜਾ ਹੋਇਆ ਫਿਰ ਹੌਲੀ ਹੌਲੀ ਆ ਗਿਆ ਵੀ ਬੁਖਾਰ ਆ ਬੱਚੇ ਨੂੰ ਫਿਰ ਹੁਣ ਨਹੀਂ ਬੁਖਾਰ ਕੋਈ ਸੱਚੇ ਕਿਤੇ ਨਹੀਂ ਕਹਿੰਦਾ ਔਰ ਇੱਕ ਜਾਣੀ ਮੈਂ ਇੱਦਾਂ ਬੈਠਿਆ ਸੀ ਕਲੀਨਿਕ 'ਚ ਅਤੇ ਇੱਕ ਲੇਡੀ ਸਿੱਖ ਸੁਹਾਣੀ ਸਿੱਖ ਸੁਹਾਣੀ ਅਤੇ ਨਾਲ ਉਹਦੇ ਬੱਚਾ ਹੋਊਗਾ ਕੋਈ ਚੌਥੀ ਪੰਜਵੀਂ ਪੜ੍ਹਦਾ ਹੋਊਗਾ ਤਾਂ ਉਹ ਜਦੋਂ ਐਂਟਰ ਕੀਤੇ ਤਾਂ ਕਹਿਣ ਲੱਗਾ ਮੰਮੀ ਡਾਕਟਰ ਟੀਕਾ ਤਾਂ ਨਹੀਂ ਲਾਊਗਾ ਮੰਮੀ ਕਹਿੰਦੀ ਉਹ ਕਹਿੰਦੀ ਸ਼ਰ ਤੈਨੂੰ ਮੈਂ ਕਿਹੜੀ ਵਾਰੀ ਕਿਹਾ ਟੀਕਾ ਨਹੀਂ ਦੇਖਦਾ ਇੰਜੈਕਸ਼ਨ ਦੇਖਦਾ